ਸਮਾਜਿਕ ਵਿਗਿਆਨ ਦੇ ਰੋਜ਼ਾਨਾ ਅਸਾਈਨਮੈਂਟ ਮਿਤੀ 16/9/2020 ਸਿੱਖਿਆ ਅਤੇ ਅੰਗਰੇਜ਼ੀ ਰਾਸ ਸਕੂਲ ਸਿੱਖਿਆ ਵਿਭਾਗ ਪੰਜਾਬ ਜਮਾਤ 8ਵੀਂ ਸਮਾਜਿਕ ਵਿਗਿਆਨ ਰੋਜ਼ਾਨਾ ਕੰਮ 5 ਪਾਠ 16ਵਾਂ ਸਿੱਖਿਆ ਅਤੇ ਅੰਗਰੇਜ਼ੀ ਰਾਸ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਦੇ ਅਨੁਸਾਰ ਸਿੱਖਿਆ ਕੇਵਲ ਭਾਰਤੀ ਭਾਸ਼ਾਵਾਂ ਵਿੱਚ ਦਿੱਤੀ ਜਾਣੀ ਚਾਹੀਦੀ ਹੈ ਉਨਾਂ ਅਨੁਸਾਰ ਪੜ੍ਹ ਰਹੇ ਵਿਦਿਆਰਥੀਆਂ ਦਾ ਤਾਦੀ ਮາກ ਅਤੇ ਆਤਮਾ ਵਿਕਸਿਤ ਹੋਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਆਪਣੇ ਕੰਮ ਆਪ ਕਰਨ ਅਤੇ ਹੁਨਰ ਵਿਕਸਿਤ ਕਰਨੇ ਚਾਹੀਦੇ ਹਨ ਮਹਾਤਮਾ ਗਾਂਧੀ ਨੇ ਬਨਿਆਦੀ ਸਿੱਖਿਆ ਦਾ ਪ੍ਰੋਗਰਾਮ ਬਣਾਇਆ ਤਾਂ ਜੋ ਛੋਟੇ ਬੱਚੇ ਨੂੰ ਸਕੂਲ ਰਾਹੀਂ ਕੰਮਕਾਰ ਦੀ ਸਿੱਖਿਆ ਦਿੱਤੀ ਜਾ ਸਕੇ ਰਵਿੰਦਰਨਾਥ ਟੈਗੋਰ ਦਾ ਸ਼ਾਂਤੀ ਨਿਕੇਤਨ ਰਵਿੰਦਰਨਾਥ ਟੈਗੋਰ ਨੇ 1901 ਈਸਵੀ ਵਿੱਚ ਇਹ ਸੰਸਥਾ ਸ਼ੁਰੂ ਕੀਤੀ ਆਪਨੇ ਕਲਕੱਤੇ ਤੋਂ 100 ਕਿਲੋਮੀਟਰ ਦੂਰ ਪੈਂਡੂ ਖੇਤਰ ਵਿੱਚ ਇੱਕ ਸਕੂਲ ਖੋਲਣ ਦਾ ਫੈਸਲਾ ਕੀਤਾ ਟੈਗੋਰ ਪੱਛਮੀ ਸਭਿਅਤਾ ਅਤੇ ਭਾਰਤੀ ਪਰੰਪਰਾ ਦੇ ਉੱਤਮ ਤੱਤਾਂ ਦਾ ਮਿਸ਼ਰਣ ਚਾਹੁੰਦੇ ਸਨ ਸ਼ਾਂਤੀ ਨਿਕੇਤਨ ਵਿੱਚੇ ਕਲਾ ਸੰਗੀਤ ਅਤੇ ਨਾਚ ਦੇ ਨਾਲ ਵਿਗਿਆਨ ਆਦਿ ਸਿੱਖਿਆ ਦਿੱਤੀ ਜਾਂਦੀ ਸੀ ਬੜੋਦਾ ਵਿਸ਼ਵ ਵਿਦਿਆਲਿਆ ਮਹਾਰਾਜਾ ਸਿਆਜੀ ਰਾਓ ਨੇ ਸਿੱਖਿਆ ਖੇਤਰ ਵਿੱਚ ਬਹੁਤ ਸੁਧਾਰ ਕੀਤੇ ਆਪਨੇ ਬਹੁਤ ਸਾਰੇ ਸਕੂਲ ਲਾਇਬ੍ਰੇਰੀਆਂ ਅਤੇ ਹਸਪਤਾਲ ਖੋਲੇ 1881 ਈਸਵੀ ਵਿੱਚ ਬੜੋਦਾ ਵਿਖੇ ਕਾਲਜ ਖੋਲ੍ਹਿਆ ਜੋ 1947 ਵਿੱਚ ਵਿਸ਼ਵ ਵਿਦਿਆਲਿਆ ਬਣਾ ਦਿੱਤਾ ਗਿਆ ਇਸ ਵਿਸ਼ਵ ਵਿਦਿਆਲਿਆ ਵਿੱਚ ਕੇਵਲ ਅੰਗਰੇਜ਼ੀ ਮੱਧਮ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿੱਚ ਦਿਓ। ਪ੍ਰਸ਼ਨ ਪਹਿਲਾ ਗਾਂਧੀ ਜੀ ਕਿਸ ਪ੍ਰਕਾਰ ਦੀ ਸਿੱਖਿਆ ਦੇ ਹੱਕ ਵਿੱਚ ਸਨ? ਉੱਤਰ ਮਹਾਤਮਾ ਗਾਂਧੀ ਦੇ ਅਨੁਸਾਰ ਸਿੱਖਿਆ ਕੇਵਲ ਭਾਰਤੀ ਭਾਸ਼ਾਵਾਂ ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਆਪਣੇ ਕੰਮ ਆਪ ਕਰਨ ਅਤੇ ਹੁਨਰ ਵਿਕਸਿਤ ਕਰਨੇ ਚਾਹੀਦੇ ਹਨ। ਮਹਾਤਮਾ ਗਾਂਧੀ ਨੇ ਬੁਨਿਆਦੀ ਸਿੱਖਿਆ ਦਾ ਪ੍ਰੋਗਰਾਮ ਬਣਾਇਆ। ਤਾਂ ਜੋ ਛੋਟੇ ਬੱਚੇ ਨੂੰ ਸਕੂਲ ਰਾਹੀਂ ਕੰਮਕਾਰ ਦੀ ਸਿੱਖਿਆ ਦਿੱਤੀ ਜਾ ਸਕੇ ਪ੍ਰਸ਼ੰਤ ਜ ਆ ਸ਼ਾਂਤੀ ਨਿਕੇਤਨ ਸੰਸਥਾ ਕਦੋਂ ਕਿਸਾਨ ਅਤੇ ਕਿੱਥੇ ਕਿਸ ਨੇ ਅਤੇ ਕਿੱਥੇ ਸ਼ੁਰੂ ਕੀਤੀ ਉੱਤਰ ਰਵਿੰਦਰਨਾਥ ਟੈਗੋਰ ਨੇ 1901 ਈਸਵੀ ਵਿੱਚ ਇਹ ਸੰਸਥਾ ਕਲਕੱਤੇ ਵਿਖੇ ਸ਼ੁਰੂ ਕੀਤੀ ਪ੍ਰਸ਼ੰਤੀ ਜ ਬੜੋਦਾ ਵਿਸ਼ਵ ਉਦਯਾਲਿਆ ਵਿੱਚ ਕਿਸ ਮadhyam ਵਿੱਚ ਇਸੇ ਕਿਹਾ ਦਿੱਤੀ ਜਾਂਦੀ ਹੈ ਉੱਤਰ ਬਰੋਦਾ ਵਿਸ਼ਵਵਿਦਿਆਲਿਆ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ ਖਾਲੀ ਥਾਂਵਾਂ ਪਰੋ ਪਹਿਲੀ ਛੋਟੇ ਬੱਚੇ ਨੂੰ ਸਕੂਲ ਰਾਹੀਂ ਡੈਸ਼ ਸਿੱਖਿਆ ਦਿੱਤੀ ਜਾ ਸਕੇ ਕਮਕਾਰ ਦੀ ਦੂਜੀ ਟੈਗੋਰ ਡੈਸ਼ ਅਤੇ ਡੈਸ਼ ਪਰੰਪਰਾ ਦੇ ਉੱਤਮ ਤੱਤਾਂ ਦਾ ਮਿਸ਼ਰਣ ਚੋਂਦੇਸਾਨ ਸਭਿਅਤਾ ਅਤੇ ਭਾਰਤੀ ਪਰੰਪਰਾ ਦੇ ਜੀਹ ਮਹਾਰਾਜਾ ਸਿਆジー ਰਾਓ ਨੇ ਡੈਸ਼ ਖੇਤਰ ਵਿੱਚ ਬਹੁਤ ਸੁਧਾਰ ਕੀਤੇ ਸਿੱਖਿਆ ਸਹੀ ਜਾਂ ਗਲਤ ਦਾ ਚਿੰਨ ਲਗਾਓ ਸਿੱਖਿਆ ਨਾਲ ਵਿਦਿਆਰਥੀ ਦਾ ਦਿਮਾਗ ਅਤੇ ਆਤਮਾ ਵਿਕਸਿਤ ਹੋਣੀ ਚਾਹੀਦੀ ਹੈ ਸਹੀ ਟੈਗੋਰ ਕੇਵਲ ਪੱਛਮੀ ਸਭਿਅਤਾ ਦੀ ਸਿੱਖਿਆ ਦੇਣਾ ਚਾਹੁੰਦੇ ਸਨ ਗਲਤ ਤਨਮਤ ਸ਼ੋਪਣਾਰੇ ਇੱਥੇ ਕਿਤੇ ਕਰਜ਼ੇ ਦੀ ਜਮਾਤਰੀ ਪਈ ਉਹਦੇ ਵਿੱਚ ਹੀ ਆ ਮੈਨੂੰ ਨਹੀਂ ਪਤਾ ਟੰਗ ਨਾਲ ਲਿਆ ਆ ਤਾਂ